ਹਰ ਸ਼ਖਸ ਸਿੱਖ ਹੈ। ਸਮਾਂ ਆ ਗਿਆ ਹੈ ਕਿ ਹੁਣ ਤੁਸੀਂ ਸਿੱਖ ਮਾਮਲਿਆਂ ਤੋਂ ਅਲੱਗ ਹੋਵੋ। ਸੁਖਬੀਰ ਬਾਦਲ ਨੇ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਸੀ, ਅਸੀਂ ਚਾਹੁੰਦੇ ਸੀ ਕਿ ਬੀਜੇਪੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇਣਾ ਬੰਦ ਕਰੇ। ਤੁਸੀਂ ਕਿਸੇ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇ ਸਕਦੇ। ਇਹ ਦੇਸ਼ ਹਰ ਨਾਗਰਿਕ ਦਾ ਹੈ। ਅੱਜ ਘੱਟ ਗਿਣਤੀ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ। ਦੇਸ਼ 'ਤੇ ਪਲਟਵਾਰ ਬੀਜੇਪੀ ਨੇ ਕੀਤਾ ਹੈ। ਬੀਜੇਪੀ ਦਾ ਸੁਖਬੀਰ ਬਾਦਲ 'ਤੇ ਪਲਟਵਾਰ ਸਾਹਮਣੇ ਆਇਆ। ਸਿੱਖੀ SGPC ਦੀ ਨਿੱਜੀ ਜਾਇਦਾਦ ਨਹੀਂ ਹੈ। ਬੀਜੇਪੀ ਨੇ ਕਿਹਾ ਮੇਰੇ ਨਾਲ ਇਸ ਵੇਲੇ ਫੋਨਲਾਈਨ 'ਤੇ ਰਮਨ ਮਲਿਕ ਸਾਹਿਬ, ਹਰਿਆਣਾ ਬੀਜੇਪੀ ਦੇ ਸੀਨੀਅਰ ਲੀਡਰ ਨੇ, ਮੇਰੇ ਨਾਲ ਫੋਨਲਾਈਨ 'ਤੇ ਮੌਜੂਦ ਨੇ। ਮਲਿਕ ਸਾਹਿਬ, ਬਹੁਤ ਬਹੁਤ ਸਵਾਗਤ। ਸੁਖਬੀਰ ਬਾਦਲ ਜੋ ਬਿਆਨ ਦੇ ਰਹੇ ਸੀ, ਅਸੀਂ ਚਾਹੁੰਦੇ ਸੀ ਕਿ ਬੀਜੇਪੀ ਸਿੱਖਾਂ ਦੇ ਧਾਰਮਿਕ ਮਸਲਿਆਂ 'ਚ ਦਖਲ ਦੇਣਾ ਬੰਦ ਕਰੇ, ਤੁਸੀਂ ਕਿਸੇ ਦੇ ਧਾਰਮਿਕ ਮਸਲਿਆਂ 'ਚ ਦਖਲ ਨਹੀਂ ਦੇ ਸਕਦੇ, ਪਰ ਬੀਜੇਪੀ ਦਾ ਜਿਹੜਾ ਪਲਟਵਾਰ ਸਾਹਮਣੇ ਆਇਆ ਕਿ ਸਿੱਖੀ SGPC ਦੀ ਜਾਇਦਾਦ ਨਹੀਂ ਹੈ ਜਾਂ ਸਿੱਖੀ ਦਾ ਇਕੱਲਾ SGPC ਦਾ ਹੱਕ ਨਹੀਂ ਹੈ, ਇਹ ਸਾਫ਼ ਤੌਰ 'ਤੇ ਕਿਹਾ ਗਿਆ, SGPC ਦੀ ਨਿੱਜੀ ਜਾਇਦਾਦ ਨਹੀਂ ਹੈ ਸਿੱਖੀ। ਕਿਸ ਤਰੀਕੇ ਇਸ ਬਿਆਨ ਨੂੰ ਦੇਖ ਰਹੇ ਹੋ, ਸੁਖਬੀਰ ਸਿੰਘ ਬਾਦਲ ਦੇ ਬਿਆਨ ਨੂੰ ਬੀਜੇਪੀ ਕਿਸ ਤਰੀਕੇ ਦੇਖ ਰਹੀ ਹੈ, ਕਿਉਂਕਿ ਇੱਕ ਵੇਲੇ ਤਾਂ 9 ਮਾਸ ਦਾ ਰਿਸ਼ਤਾ ਕਾਫ਼ੀ ਮਜ਼ਬੂਤ ਰਿਹਾ ਹੈ। ਨਹੀਂ, ਰਿਸ਼ਤਾ ਹਮੇਸ਼ਾ ਮਜ਼ਬੂਤ ਥਾ ਔਰ ਬੜੇ ਬਾਦਲ ਸਾਹਿਬ ਜਬ ਤੱਕ ਥੇ ਬਹੁਤ ਅੱਛਾ ਥਾ। ਲੇਕਿਨ ਇੱਕ ਚੀਜ਼ ਇਹ ਸਪਸ਼ਟ ਕਰ ਦੂੰ ਕਿ ਇਹ ਬੀਜੇਪੀ ਕਾ ਬਿਆਨ ਨਹੀਂ, ਇਹ ਹਰ ਉਸ ਵਿਅਕਤੀ ਕਾ ਬਿਆਨ ਹੋਗਾ ਜੋ ਸਿੱਖੀ ਮੇਂ ਵਿਸ਼ਵਾਸ ਰੱਖਤਾ, ਜੋ ਗੁਰੂ ਗ੍ਰੰਥ ਸਾਹਿਬ ਜੀ ਕੋ ਆਪਣਾ ਇਸ਼ਟ ਮਾਨਤਾ, ਜੋ ਉਸ ਗੁਰੂ ਗ੍ਰੰਥ ਸਾਹਿਬ ਜੀ ਕੀ ਜੋ ਬਾਣੀ ਹੈ ਉਸਮੇਂ ਦੀਏ ਹੋਏ ਪ੍ਰਵਚਨੋ ਕੋ, ਉਸਕੋ ਦੀਏ ਹੋਏ ਮਾਰਗਦਰਸ਼ਨ ਕੋ ਫੋਲੋ ਕਰਤਾ ਹੈ। ਵੋ ਸਿੱਖ ਨਹੀਂ ਹੈ ਜੋ ਗ੍ਰੰਥ ਸਾਹਿਬ ਕੇ ਦੀਏ ਹੋਏ ਆਦੇਸ਼ੋ ਕੀ ਪਾਲਣਾ ਨਾ ਕਰੇ। ਜੋ ਗੁਰੂ ਕੇ ਦੀਏ ਹੋਏ ਆਦੇਸ਼ ਕੀ ਪਾਲਣਾ ਨਾ ਕਰੇ, ਵੋ ਕਹਾਂ ਕਾ ਸਿੱਖ ਹੁਆ। ਅਬ ਆਪ ਯੇ ਦੇਖੀਏ ਕਿ ਜੋ ਜਬ ਚਾਹੇ ਨਿਰਮਲੇ ਹੈ ਯਾ ਚਾਹੇ ਅਕਾਲੀ ਹੈ, ਜਿਹੜਾ ਕਿਤਨੇ ਵੀ ਹੈ, ਹਰ ਤਰੀਕੇ ਸੇ ਗੁਰੂ ਗ੍ਰੰਥ ਸਾਹਿਬ ਜੀ ਮੇਂ ਯੇ ਲਿਖਾ ਹੁਆ ਹੈ ਕਿ ਆਪਕੋ ਗੁਰੂ ਕੀ ਦੀ ਹੋਈ ਬਾਣੀ ਕੋ ਸਭ ਕੁਛ ਮਾਨਤੇ ਹੋਏ ਉਸ ਉੱਪਰ ਵਿਸ਼ਵਾਸ ਕਰਨਾ। ਜੋ ਜਿਤਨਾ ਜ਼ਿਆਦਾ ਵਿਸ਼ਵਾਸ ਕਰੇਗਾ ਉਤਨਾ ਜ਼ਿਆਦਾ ਫਲ ਪਾਏਗਾ। ਕਿਸੀ ਕੀ ਨਿੰਦਾ ਮਤ ਕਰੀਏ, ਕਿਸੀ ਕੋ ਬੁਰਾ ਭਲਾ ਮਤ ਬੋਲੀਏ, ਔਰ ਆਪ ਜਿਸ ਮੂਲ ਸਿਧਾਂਤ ਪੇ ਕਿ ਸਭ ਏਕ ਹੈ, ਅਵਲ ਅੱਲਾ ਨੂਰ ਪਾਇਆ ਈਸ਼ਵਰ ਦੇ ਸਭ ਬੰਦੇ, ਤੂੰ ਮੇਰੇ ਕੋ ਯੇ ਬਤਾਓ, ਯੇ ਆਪ ਵਹਾਂ ਪੇ ਅਲੱਗ ਕਿਆ ਕਰ ਰਹੇ ਹੋ? ਔਰ ਜਹਾਂ ਬਾਰ ਬਾਰ ਆਪ SGPC ਬੋਲਤੇ ਹੈ, ਮੈਂ ਤੋ ਯੇ ਪੁੱਛਣਾ ਚਾਹਤਾ ਹੂੰ ਆਜ ਆਪਕੇ ਮਾਧਿਅਮ ਸੇ ਕਿ ਜੋ SGPC ਬੈਠੀ ਹੋਈ ਹੈ ਔਰ ਸਿੱਖੀ ਘਟੀ ਜਾ ਰਹੀ ਹੈ, ਸਿੱਖੀ ਖਤਰੇ ਮੇਂ ਆ ਰਹੀ ਹੈ, ਬਾਰ ਬਾਰ ਕਨਵਰਜਨ ਹੋ ਰਹੇ ਹੈ, SGPC ਨੇ ਕਿਆ ਬਹੁਤ ਬੜਾ ਤੀਰ ਮਾਰ ਲਿਆ 70%, ਔਰ ਯੇ ਮੈਂ ਨਹੀਂ ਬੋਲ ਰਹਾ, 70% ਲੋਕ ਜੋ ਕੇਸਧਾਰੀ ਨਹੀਂ ਹੈ ਵੋ ਜਾਤੇ ਹੈ ਗੁਰਦੁਆਰੋ ਮੇਂ, ਤੋ ਕਿਆ ਆਪ ਉਨਕੋ ਮਨਾ ਕਰ ਦੇਂਗੇ? ਨਹੀਂ ਕਰ ਸਕਤੇ ਨਾ, ਕਿਉਂਕਿ ਵੋ ਲੋਕ ਹੈ ਜੋ ਸਿੱਖੀ ਕੋ ਮਾਨਤੇ ਹੈ ਔਰ ਉਨਕੇ ਕਹੇ ਹੋਏ ਵਚਨੋ ਕੇ ਉਪਰ ਕਾਮ ਕਰਦੇ ਹੈ। ਬਿਲਕੁਲ, ਯੇ ਜੋ ਚੀਜ਼ ਹੈ, ਸੁਖਬੀਰ ਬਾਦਲ ਕੋ ਅਬ ਰਿਟਾਇਰ ਹੋ ਜਾਣਾ ਚਾਹੀਏ, ਯਾ ਉਨਕੋ ਯੇ ਸੋਚਣਾ ਚਾਹੀਏ ਕਿ ਯੇ ਜੋ ਰਾਜਨੀਤੀ ਹੈ ਇਸਕੋ ਸਿੱਖੀ ਮੇਂ ਸੇ ਨਿਕਾਲ ਦੇ, ਰਾਜਨੀਤੀ ਕਰਨੀ ਹੈ ਵਿਸ਼ਵ ਰਾਜਨੀਤੀ ਕਰੇ, ਔਰ SGPC ਇੱਕ ਰਿਲੀਜੀਅਸ ਬਾਡੀ ਹੈ ਨਾ ਕਿ ਪੋਲੀਟੀਕਲ ਬਾਡੀ, ਤੋ ਉਸਕੋ ਪੋਲੀਟਿਕਸ ਕੇ ਅੰਦਰ ਘੁਸਨੇ ਕੀ ਕੋਈ ਜ਼ਰੂਰਤ ਨਹੀਂ ਹੈ। ਜੋ ਆਪ ਖਾਲਿਸਤਾਨੀਓ ਕੋ ਅਗਰ ਸਪੋਰਟ ਕਰੇ, ਅਗਰ ਆਪ ਕਿਸੀ ਤਰੀਕੇ ਸੇ ਜੋ ਸਿੱਖੀ ਕੇ ਅੰਦਰ ਸਿਖਾਈ ਹੋਈ ਚੀਜ਼ ਹੈ ਉਨਕਾ ਉਨਕੇ ਉੱਪਰ ਟਿੱਪਣੀ ਕਰਨੇ ਵਾਲੋ ਕੇ ਉੱਪਰ, ਉਨਕੇ ਉੱਪਰ ਗਲਤ ਟਿੱਪਣੀ ਕਰਨੇ ਵਾਲੇ, ਉਨਕੋ ਗਲਤ ਤਰੀਕੇ ਸੇ ਪ੍ਰੇਜ਼ੈਂਟ ਕਰਨੇ ਵਾਲੋ ਕੇ ਉਸਕਾ ਸਮਰਥਨ ਕਰਤੇ ਹੈ, ਤੋ ਆਪ ਸਿੱਖੀ ਕੋਈ ਫੋਲੋਇੰਗ ਨਹੀਂ ਕਰ ਰਹੇ। ਤੋ SGPC ਕੋ ਆਪਣੇ ਆਪ
आत्म करेक्शन करनी चाहिए कि जी हम कहाँ जा रहे हैं, उनको सिक्खी को बचाने का काम करना चाहिए, पॉलिटिक्स से दूर हट जाना चाहिए, श्रोमणी अकाली दल को अपना काम करना चाहिए जो कि पॉलिटिक्स है और पॉलिटिक्स करें, ना कि रिलीजियस अफेयर के अंदर इंटरफेयर करें। रिलीजियस अफेयर्स में आप कह रहे हैं इंटरफेरेंस नहीं करनी चाहिए, साफ तौर से राजनीति करनी है तो राजनीति करें। लेकिन मलिक साहब, ये बयान आपने जैसे ट्वीट में भी लिखा, आपने ट्वीट किया उसमें भी आपने लिखा, और एक वक्त वो रहा है जब दोनों के बीच में रिश्ता बहुत वक्त से रहा है, इस बीच अर्शदीप कलेर साहब सरनाल जुड़ रहे हैं, एडवोकेट अर्शदीप सिंह कलेर मुख बुला रहे हैं श्रोमणी अकाली दल। कलेर साहब बहुत बहुत स्वागत, रमन मलिक साहब सरनाल मौजूद ने, हरियाणा बीजेपी के सीनियर आगू ने। कलेर साहब, एक बयान जिहड़ा सुखबीर सिंह बादल साहब ने दिता, पार्टी प्रधान ने अखबार नूं दित्ते गए इंटरव्यू दे विच उन्हां ने कहा, जो बयान उन्होंने सिक्खी नूं लैके बीजेपी दे लई दित्ता सी कि बीजेपी सिखां दे मसले विच धार्मिक मसले विच दखल देना बंद करे, तुसीं किसी दे धार्मिक मामले विच दखल नहीं दे सकते, इस देश हर नागरिक दा इह देश है, अज घट गिणती असुरक्षित महसूस कर रहे ने। रमन मलिक साहब ने एक ट्वीट किया, उन्होंने लिखा, अकाली दल ता दूर दी गल है, सिक्खी SGPC दी भी निजी जायदाद नहीं है, सिक्खी हर उस शख्स दी है जो गुरु ग्रंथ साहिब दे जरिए गुरु साहिबान दीआं सिक्ख्यावां ते विश्वास करदा है, समा आ गया है कि तुहाडे वर्गे लोग सिक्खी मामलों तो लांबे होण। कलेर साहब, ये जड़ा मसला हैगा, इस ते पहला भी बहुत बार चर्चा हुई है, पहला भी कई बार सवाल भी उठे ने कि होना चाहिए, असल दे विच की स्वरूप होना चाहिए, पूरा ऑर्गेनाइजेशन लैवल ते भी, और उस ते एक कह लिया जाए कि SGPC और श्रोमणी अकाली दल नूं बिल्कुल वख-वख करके देखा जाना चाहिए, या एक सिक्के दे दो पहलू करके वेखिए, ये भी सवाल लगातार उठते रहे ने। पर हुण जिस तरीके बीजेपी ने पलटवार किया है, उससे थोड़ा पहला प्रतिक्रम कलेर साहब। नहीं, मैं तो पहला स्पष्ट तौर से पूछना चाहना जी कि बीजेपी का बयान है कि रमन मलिक का बयान है, रमन मलिक ये कौन होंगे श्रोमणी अकाली दल नूं कहण वाला कि श्रोमणी अकाली दल नूं की करना चाहिए कि नहीं करना चाहिए। और दूसरी गल, मैं बड़े ध्यान नाल सुन रहा सी, जेडे लोगों नूं इतिहास का ही नहीं पता, ये कहिंदे सिक्खी SGPC की जायदाद नहीं, इन्हां नूं पहला यह पता होना चाहिए कि SGPC सिक्खी की जायदाद है, सिक्खी SGPC दी नहीं, SGPC सिखां दी नुमाइंदा जथेबंदी है, वह बकायदा चुन के आउंदी है, लोक वोटां पाउंदे ने, वोटां पा के अपने नुमाइंदे चुनदे ने, ते पूरे विश्व दे विच ऐसी कल्ली ही धार्मिक संस्था जिहड़ी वोटां नाल चुन के आउंदी है, ते रमन मलिक नहीं SGPC दी परिभाषा तय करूं। और मैं तुहानूं इह भी दस दिंदा कि इह जे बुलारे बहुत बयान दिंदे ने, शाम नूं माफिया मंगदे ने, इहनां दी आदत बन चुकी है। और दूसरी गल जो सरदार सुखबीर सिंह बादल साहब कहना चाहते ने, वो की कह रहे ने, जिस तरीके दे नाल श्रोमणी गुरुद्वारा प्रबंधक कमेटी नूं तोड़न दी कोशिश कीती, हुण हरियाणे दे विच की होया, अज मैं पुछना चाहना बीजेपी दी सरकार तों कि हरियाणे दे विच जिहड़ी वक्री एक गुरुद्वारा मैनेजमेंट कमेटी बनाई है, अज उहदी चोणां तां कराईआं नहीं, उत्थे सरकारी नुमाइंदे लाते ने, और इन्हां दे अपने जिहड़े मूहरे खड़े कीते सी इन्हां ने बंदे, अज उह इन्हां दी एलीगेशन ला रहे ने कि उत्थे तंबाकू पाण वाले बंदे उह गुरुद्वारे दी सांभ संभाल च इन्हां ने लाए ने, है कोई जवाब? और दूसरी जिहड़ी वड्डी गल मैं पुछनी चाहुंदा कि नांदेड़ साहिब वाला बोर्ड जिहड़ा तोड़िया सी, जिथे सरकार दी नुमाइंदगी वधाई सी, पर उत्थों क्यों फैसला वापस लिया इन्हां ने? सो लगातार जिहड़े इह जे इन्हां दे बयान ने, मैनूं इह लगदा है कि इह कुड़त्तन पैदा करदे ने, और पंजाब दा इक वी तुसीं लीडर, मैं चैलेंज करदा, पंजाब दा इक वी लीडर तुसीं फोन लाइन ते लै लो, और रमन इह जिहड़े इन्हां दे बयान नाल सहमत हो जाए, तां मैं तुहानूं दस देंगा, इह लोक हरियाणे दे विच बैठ के
ਨਫ਼ਰਤ ਦੀ ਦੁਕਾਨ ਚਲਾਉਣ ਦਾ ਕੰਮ ਕਰਦੇ ਨੇ, ਪੁੱਠੇ ਸਿੱਧੇ ਬਿਆਨ ਦੇ ਕੇ ਮੀਡੀਆ ਦੇ ਵਿੱਚ ਬਣੇ ਰਹਿਣਾ ਚਾਹੁੰਦੇ ਨੇ, ਮੀਡੀਆ ਅਟਰੈਕਸ਼ਨ ਚਾਹੁੰਦੇ ਨੇ। ਸੋ ਮੈਂ ਬੀਜੇਪੀ ਤੋਂ ਮੰਗ ਕਰਦਾ ਕਿ ਜਾਂ ਤਾਂ ਇਹਨਾਂ ਤੋਂ ਮਾਫ਼ੀ ਮੰਗਾਈ ਜਾਵੇ, ਜਾਂ ਇਹਨਾਂ ਦੇ ਉੱਤੇ ਕੀ ਬੀਜੇਪੀ ਕਾਰਵਾਈ ਕਰਦੀ ਹੈ ਐਸੇ ਭੱਦੇ, ਔਰ ਕਿਸੇ ਦੇ ਤੁਸੀਂ ਕਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਿਆਨ ਦੇਣਗੇ, ਸਿੱਖੀ ਦੀ ਪਰਿਭਾਸ਼ਾ ਤੈਅ ਕਰਨਗੇ। ਇਹਨਾਂ ਨੂੰ ਪੁੱਛੋ ਕਿ ਸਿੱਖੀ ਦਾ ਮੂਲ ਪਰਿਭਾਸ਼ਾ ਹੈ ਕੀ, ਸਰਬੱਤ ਦਾ ਭਲਾ। ਗੁਰਦੁਆਰਾ ਸਾਹਿਬ ਦੇ ਵਿੱਚ ਕਦੇ ਕਿਸੇ ਨੇ ਰੋਕਿਆ ਕਿ ਕੋਈ ਕੇਸਾਧਾਰੀ ਜਾਂ ਬਿਨਾਂ ਕੇਸਾਧਾਰੀ ਮੱਥਾ ਟੇਕਣ ਤੋਂ ਕਿਸੇ ਨੇ ਰੋਕਿਆ? ਮਤਲਬ ਇਹਨਾਂ ਨੂੰ ਪਤਾ ਹੀ ਨੀ ਮਲਿਕ ਸਾਹਿਬ ਨੂੰ ਇਹ ਕੀ ਬੋਲੀ ਜਾ ਰਹੇ ਨੇ। ਸਿਰਫ ਕਿਤੇ ਕੋਈ ਅਖਬਾਰ ਕਟਿੰਗ ਪੜ ਲਈ, ਉਹਦੇ ਤੇ ਆਪਣੀ ਪ੍ਰਤੀਕਰਮ ਦੇਣੀ ਸ਼ੁਰੂ ਕਰਤੀ। ਔਰ ਮੈਂ ਕਹੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਛੱਡੋ, ਪੰਜਾਬ ਦੇ ਕਿਸੇ ਵੀ ਸਿੱਖ ਰਮਨ ਮਲਿਕ ਸਾਹਿਬ ਖੋਲ ਦਿਓ ਤੇ ਰਮਨ ਮਲਿਕ ਨੂੰ ਜਵਾਬ ਦੇ ਦੇਗਾ। ਰਮਨ ਮਲਿਕ ਸਾਹਿਬ ਨਹੀਂ ਹੈਗੇ ਫੋਨ ਲਾਈਨ ਤੇ, ਪਰ ਕਈ ਸਾਰੇ ਸਵਾਲ ਹੋ ਚੁੱਕ ਰਹੇ ਸੀਗੇ ਕਲੀਅਰ ਸਾਹਿਬ ਜਿਹੜੀ ਗੱਲ ਉਹ ਕਹਿ ਰਹੇ ਸੀ, ਉਸ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ 70% ਅਜਿਹੇ ਲੋਕ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂਦੇ ਨੇ ਜਿਹੜੇ ਨੌਨ ਸਿੱਖ ਨੇ, ਕਿ ਉਹਨਾਂ ਦਾ ਜਾਣਾ ਬੰਦ ਹੋ ਜਾਏਗਾ, ਕਿ ਉਹਨਾਂ ਨੂੰ ਜਾਣੋ ਰੋਕ ਸਕਦੇ ਨੇ, ਇਹ ਵੀ ਸਵਾਲ ਹੋ ਚੁੱਕ ਰਹੇ ਸੀ। ਸਰ ਧਾਰਮਿਕ ਮਸਲਿਆਂ 'ਚ ਦਖਲ ਅੰਦਾਜ਼ੀ ਕਰਨਾ ਤੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ, ਇਹ ਨਿਊਜ਼ 18 ਨੂੰ ਵੀ ਸਮਝ ਆਊਗੀ ਕਿ ਦੋ ਡਿਫਰੈਂਟ ਚੀਜ਼ਾਂ ਨੇ। ਸੋ ਤੁਸੀਂ ਕਿਸੇ ਵੀ ਇਹੋ ਜਿਹੇ ਸ਼ਖਸ ਦੇ ਬਿਆਨ ਨੂੰ ਕੋਟ ਕਰਕੇ ਮੈਨੂੰ ਨੀ ਲੱਗਦਾ ਕਿ ਤੁਹਾਨੂੰ ਵੀ ਇਹਨਾਂ ਨੂੰ ਕੋਈ ਇੰਨੀ ਰੈਲੇਵੈਂਸ ਦੇਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜੇ ਮਲਿਕ ਸਾਹਿਬ ਵਰਗੇ ਲੋਕ ਨੇ ਇਹ ਸਿਆਸੀ ਜ਼ਮੀਨ ਗਵਾ ਚੁੱਕੇ ਨੇ, ਔਰ ਇਹ ਸਿਰਫ ਤੇ ਸਿਰਫ ਲੋਕ ਅਟਰੈਕਸ਼ਨ ਚਾਹੁੰਦੇ ਨੇ। ਹੁਣ ਮੈਂ ਤੁਹਾਨੂੰ ਪੁੱਛਦਾ ਕਿ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣਾ ਤੇ ਧਾਰਮਿਕ ਮਾਮਲਿਆਂ 'ਚ ਦਖਲ ਦੇਣਾ ਇਹ ਕੀ ਇੱਕੋ ਚੀਜ਼ ਹੈ? ਇਹ ਤਾਂ ਡਿਫਰੈਂਟ ਐਸਪੈਕਟ ਨੇ। ਪਰ ਕਲੇਰ ਸਾਹਿਬ ਇੱਕ ਸਵਾਲ ਹੋਰ ਉੱਠਿਆ ਇਸ ਚਰਚਾ ਦੇ ਵਿਚਾਲੇ, ਕਿ ਜਦੋਂ 9 ਮਾਸ ਦਾ ਰਿਸ਼ਤਾ ਟੁੱਟ ਗਿਆ, ਉਸ ਤੋਂ ਬਾਅਦ ਇਹ ਬੜੀ ਤਿੱਖੀ ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ। ਸਰ 9 ਮਾਸ ਦਾ ਰਿਸ਼ਤੇ ਕਾਹਦੇ ਹੁੰਦੇ ਨੇ? ਅਲਾਇੰਸ ਦੇ ਵਿੱਚ ਰਿਸ਼ਤੇ ਹੁੰਦੇ ਨੇ ਮੁੱਦਿਆਂ ਦੇ, ਔਰ ਜੇ ਬੀਜੇਪੀ ਸਿੱਖ ਮੁੱਦਿਆਂ ਤੋਂ ਭੱਜਣਾ ਚਾਹੁੰਦੀ ਹੈ, ਜੇ ਬੀਜੇਪੀ ਜਿਹੜੇ ਉਰੇ NSA ਲੱਗੀ ਨੌਜਵਾਨਾਂ ਤੇ ਉਹਨਾਂ ਤੋਂ ਭੱਜਣਾ ਚਾਹੁੰਦੀ ਹੈ, ਜੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਤੋਂ ਭੱਜਣਾ ਚਾਹੁੰਦੀ ਹੈ, ਤਾਂ ਬੀਜੇਪੀ ਨੂੰ ਮੁਬਾਰਕ। ਪਰ ਮੈਂ ਫੇਰ ਦੁਬਾਰਾ ਕਹਿਣਾ ਕਿ ਤੁਸੀਂ ਇਹ ਜਿਹੜਾ ਰਮਨ ਮਲਿਕ ਸਾਹਿਬ ਦਾ ਬਿਆਨ ਹੈ, ਇਹਦੇ ਤੇ ਅਕਾਲੀ ਦਲ ਸਪਸ਼ਟੀਕਰਨ ਚਾਹੁੰਦਾ ਹੈ ਕਿ ਬੀਜੇਪੀ ਦਾ ਅਫੀਸ਼ੀਅਲ ਬਿਆਨ ਹੈ ਕਿ ਰਮਨ ਮਲਿਕ ਦਾ ਬਿਆਨ ਹੈ? ਕਿਉਂਕਿ ਜੇ ਬੀਜੇਪੀ ਦਾ ਅਫੀਸ਼ੀਅਲ ਬਿਆਨ ਨਹੀਂ, ਰਮਨ ਮਲਿਕ ਤੇ ਜਾਂ ਤਾਂ ਬੀਜੇਪੀ ਕਾਰਵਾਈ ਕਰੇ ਜਾਂ ਇਹਨਾਂ ਤੋਂ ਮਾਫ਼ੀ ਮੰਗਾ।